ਰੱਬਾ ਆਹ ਕੀ ਕਲਯੁਗੀ ਸਮੇਂ ਦੇ ਵਿੱਚ ਹਿੰਦੂਆਂ ਨੂੰ ਕਰਵਾਇਆ ਜਾ ਰਿਹਾ ਜਬਰਨ ਮੁਸਲਿਮ ਧਰਮ ਕਬੂਲ ਪਾਕਿਸਤਾਨ ਦੇ ਵਿੱਚ ਹਿੰਦੂ ਕੁੜੀ ਨੂੰ ਜ਼ਬਰਦਸਤੀ ਕਰਵਾਇਆ ਜਾ ਰਿਹਾ ਧਰਮ ਮੁਸਲਿਮ ਕਬੂਲ ਤੇ ਕਰਵਾਇਆ ਜਾ ਰਿਹਾ ਜਬਰਨ ਮੁਸਲਿਮ ਨਾਲ ਵਿਆਹ ਸਤਿ ਸ਼੍ਰੀ ਅਕਾਲ ਜੀ ਟੀਵੀ ਐਨਆਰਆਈ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਜੀ ਖਬਰ ਸਾਹਮਣੇ ਆਉਂਦੀ ਹੈ ਸਰਹੱਦ ਪਾਰ ਪਾਕਿਸਤਾਨ ਤੋਂ ਦੱਸ ਦੇ ਕਿ ਲੈਂਦੇ ਪੰਜਾਬ ਯਾਨੀ ਕਿ ਸਿੰਧ ਸੂਬੇ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਾਕਿਸਤਾਨ ਦੇ ਵਿੱਚ ਇੱਕ ਹਿੰਦੂ ਕੁੜੀ ਜਿਸਦਾ ਨਾਂ ਸੁਹਾਨਾ ਸ਼ਰਮਾ ਕੁਮਾਰੀ ਦੱਸਿਆ ਜਾ ਰਿਹਾ ਉਸ ਕੁੜੀ ਤੋਂ ਜ਼ਬਰਦਸਤੀ ਜੋ ਹੈ ਉਹ ਮੁਸਲਿਮ ਧਰਮ ਕਬੂਲ ਕਰਾਇਆ ਜਾ ਰਿਹਾ ਨਹੀਂ ਨਹੀਂ ਇਹ ਕੁੜੀ ਜੋ ਹੈ ਮਹਿਜ਼ 14 ਸਾਲਾਂ ਦੀ ਹੈ ਸਭ ਤੋਂ ਪਹਿਲਾਂ ਤਾਂ ਇਸ ਕੁੜੀ ਨੂੰ ਘਰ ਤੋਂ ਅਗਵਾ ਜੋ ਹੈ ਕਥਿਤ ਤੌਰ 'ਤੇ ਅਧਿਆਪਕ ਅਤੇ ਉਸਦੇ ਸਾਥੀ ਕਰਦਿਆ ਫਿਰ ਉਸ ਤੋਂ ਬਾਅਦ ਇਸ ਕੁੜੀ ਨੂੰ ਜਬਰਨ ਮੁਸਲਿਮ ਧਰਮ ਕਬੂਲ ਕਰਵਾਉਣ ਲਈ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੁੜੀ ਦਾ ਜ਼ਬਰਦਸਤੀ ਵਿਆਹ ਵੀ ਕਰਵਾਇਆ ਜਾਂਦਾ ਹੈ ਇਸ ਦੇ ਨਾਲ ਹੀ ਇਹ ਵਿਆਹ ਜੋ ਹੈ ਮੁਸਲਿਮ ਮੁੰਡੇ ਦੇ ਨਾਲ ਜ਼ਬਰਦਸਤੀ ਕਰਵਾਇਆ ਜਾਂਦਾ ਹੈ ਕਥਿਤ ਤੌਰ 'ਤੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਖੂਬ ਵਾਇਰਲ ਵੀ ਹੋ ਰਹੀ ਹੈ ਹਾਲਾਂਕਿ ਇਹ ਵੀਡੀਓ ਪਾਕਿਸਤਾਨ ਦੇ ਵਿੱਚ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਵੀ ਹੈ ਇਸ ਤੋਂ ਇਲਾਵਾ ਇਹ ਦੱਸ ਦਈਏ ਕਿ ਜਿੱਥੇ ਕਿ ਜ਼ਬਰਦਸਤੀ ਹਿੰਦੂ ਕੁੜੀ ਦਾ ਮੁਸਲਿਮ ਦੇ ਨਾਲ ਵਿਆਹ ਕਰਵਾਇਆ ਜਾ ਰਿਹਾ ਹੈ ਉਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਥਿਤ ਤੌਰ 'ਤੇ ਲੜਕੀ ਦੇ ਪਿਤਾ ਜਿਸਦਾ ਨਾਂ ਦਲੀਪ ਕੁਮਾਰ ਦੱਸਿਆ ਜਾ ਰਿਹਾ ਉਹਨਾਂ ਦੇ ਵੱਲੋਂ ਪੁਲਿਸ ਨੂੰ ਬਕਾਇਦਾ ਸ਼ਿਕਾਇਤ ਵੀ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੀ ਲੜਕੀ ਨੂੰ ਘਰ ਤੋਂ ਅਗਵਾ ਕਰ ਲਿਆ ਜਾਂਦਾ ਹੈ ਪਰ ਉਸ ਤੋਂ ਬਾਵਜੂਦ ਵੀ ਪੁਲਿਸ ਦੇ ਵੱਲੋਂ ਜੋ ਕਾਰਵਾਈ ਨਹੀਂ ਕੀਤੀ ਜਾਂਦੀ ਹੈ ਹਾਲਾਂਕਿ ਇੱਕ ਵੀਡੀਓ ਲੜਕੀ ਦੀ ਕਥਿਤ ਤੌਰ 'ਤੇ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਲੜਕੀ ਕਬੂਲ ਕਰਦੀ ਹੈ ਕਿ ਉਹਦੇ ਉਸਦੇ ਵੱਲੋਂ ਜੋ ਹੈ ਮੁਸਲਿਮ ਲੜਕੇ ਦੇ ਨਾਲ ਵਿਆਹ ਕਰਵਾ ਲਿਆ ਜਾਂਦਾ ਹੈ ਅਤੇ ਉਸਦੇ ਵੱਲੋਂ ਮੁਸਲਿਮ ਧਰਮ ਜੋ ਹੈ ਕਬੂਲ ਕਰ ਲਿਆ ਜਾਂਦਾ ਇਸ ਦੇ ਨਾਲ ਹੀ ਪਿਤਾ ਦੇ ਵੱਲੋਂ ਕਾਫੀ ਜ਼ਿਆਦਾ ਚਿੰਤਾ ਪ੍ਰਗਟ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਪਿਤਾ ਦੇ ਵੱਲੋਂ ਦੋਸ਼ ਲਗਾਏ ਜਾ ਰਹੇ ਕਿ ਕਥਿਤ ਤੌਰ 'ਤੇ ਅਧਿਆਪਕ ਜੋ ਹੈ ਉਸਦੀ ਲੜਕੀ ਨੂੰ ਘਰ ਤੋਂ ਜੋ ਹੈ ਅਗਵਾ ਕਰਦੇ ਨੇ ਬੰਦੂਕ ਦੀ ਨੋਕ 'ਤੇ ਜੋ ਅਗਵਾ ਕੀਤਾ ਜਾਂਦਾ ਉਸ ਤੋਂ ਬਾਅਦ ਕੁੜੀ ਦਾ ਧਰਮ ਪਰਿਵਰਤਨ ਕਰਵਾਇਆ ਜਾਂਦਾ ਇਸ ਦੇ ਨਾਲ ਹੀ ਸਵਾਲ ਇਹ ਪੈਦਾ ਹੁੰਦਾ ਹੈ ਕਿ ਹਿੰਦੂ ਅੱਜ ਵੀ ਪਾਕਿਸਤਾਨ ਦੇ ਵਿੱਚ ਸੁਰੱਖਿਅਤ ਨਹੀਂ ਹੈ ਕਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਹਿੰਦੂਆਂ ਦਾ ਧਰਮ ਪਰਿਵਰਤਨ ਕਰਵਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਮਾਮਲਾ ਜੋ ਸਾਹਮਣੇ ਆਉਂਦਾ ਹੁਣ ਅਦਾਲਤ ਤੱਕ ਪਹੁੰਚ ਚੁੱਕਿਆ ਹੈ ਅਦਾਲਤ ਦੇ ਵਿੱਚ ਲੜਕੀ ਨੂੰ ਪੇਸ਼ ਕੀਤਾ ਗਿਆ ਅਤੇ ਉਸ ਤੋਂ ਬਾਅਦ ਅਦਾਲਤ ਨੇ ਲੜਕੀ ਦੇ ਪਿਤਾ ਦੀ ਇੱਕ ਨਾ ਸੁਣੀ ਤਾਂ ਲੜਕੀ ਦਾ ਜ਼ਬਰਦਸਤੀ 'ਚੋਂ ਵਿਆਹ ਵਾਲਾ ਕਿਹਾ ਜਾ ਰਿਹਾ ਹੈ ਕਿ ਉਹ ਵਿਆਹ ਹੋ ਚੁੱਕਿਆ ਅਤੇ ਲੜਕੀ ਦੇ ਵੱਲੋਂ ਉਸਨੂੰ ਧਰਮ ਪਰਿਵਰਤਨ ਕਰਵਾ ਲਿਆ ਜਾਂਦਾ ਹੈ ਇੱਥੇ ਹੀ ਦੱਸ ਦਈਏ ਕਿ ਲਗਾਤਾਰ ਹੀ ਅਜਿਹੀਆਂ ਕਈਆਂ ਖਬਰਾਂ ਸਾਹਮਣੇ ਆਉਂਦੀਆਂ ਜਿਸ ਦੇ ਵਿੱਚ ਹਿੰਦੂ ਲੜਕੀਆਂ ਦੇ ਨਾਲ ਇਸ ਤਰ੍ਹਾਂ ਦਾ ਵਧੀਕੀ ਜੋ ਹੁੰਦੀ ਹੈ ਪਾਕਿਸਤਾਨ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਦੇ ਨਾਲ ਧਰਮ ਪਰਿਵਰਤਨ ਕਰਵਾਇਆ ਜਾਂਦਾ ਇਸ ਦੇ ਨਾਲ ਹੀ ਬੀਤੇ ਕੁਝ ਦਿਨਾਂ ਪਹਿਲਾਂ ਇੱਕ ਖਬਰ ਸਾਹਮਣੇ ਆਈ ਸੀ ਕਿ ਲਾਹੌਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਬੁੱਤ ਸੀਗਾ ਕਾਫੀ ਮਸ਼ਹੂਰ ਬੁੱਤ ਸੀਗਾ ਉਸਨੂੰ ਵੀ ਤੋੜ ਦਿੱਤਾ ਗਿਆ ਸੀ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਪੱਥਰ ਜੋ ਹੈ ਉਸ ਬੁੱਤ 'ਤੇ ਮਾਰੇ ਗਏ ਸੀ ਇਸ ਤੋਂ ਇਲਾਵਾ ਇਹ ਵੀ ਦੱਸੀ ਕਿ ਆਏ ਦਿਨ ਹੀ ਖਬਰਾਂ ਜੋ ਹੈ ਸਾਹਮਣੇ ਆਉਂਦੀ ਹੈ ਕਿ ਕਿਸ ਤਰ੍ਹਾਂ ਹਿੰਦੂਆਂ ਦੇ ਨਾਲ ਵਧੀਕੀ ਜੋ ਪਾਕਿਸਤਾਨ ਦੇ ਵਿੱਚ ਕੀਤੀ ਜਾਂਦੀ ਹੈ ਕਦੇ ਕੁੱਟਮਾਰ ਕੀਤੀ ਜਾਂਦੀ ਹੈ ਕਦੇ ਕੁਛ ਕੀਤਾ ਜਾਂਦਾ ਹੈ ਪਰ ਜੇਕਰ ਮੌਜੂਦਾ ਅਸੀਂ ਪਾਕਿਸਤਾਨ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਕੁਛ ਫਾਈਨੈਂਸ਼ੀਅਲ ਕ੍ਰਾਈਸਿਸ ਵੀ ਠੀਕ ਨਹੀਂ ਹੈ ਯਾਨੀ ਕਿ ਆਰਥਿਕ ਵਿਵਸਥਾ ਪਾਕਿਸਤਾਨ ਦੀ ਬਿਲਕੁਲ ਜੋ ਹੈ ਹਿੱਲੀ ਪਈ ਹੈ ਲੋਕ ਜਿਹੜੀ ਕਣਕ ਜਾਂ ਫਿਰ ਆਟਾ ਦਾਲ ਨੂੰ ਲੈ ਕੇ ਇਸ ਤਰ੍ਹਾਂ ਇੱਕ ਦੂਸਰੇ ਦਾ ਖੂਨ ਕਰਨ ਦੇ ਉਤਾਵਲੇ ਇਹ ਤਾਂ ਖਬਰਾਂ ਤੋਂ ਹੀ ਸਾਹਮਣੇ ਆਉਂਦਾ ਇਸ ਨਾਲ ਹੀ 110 ਕਿ ਧਾਰਾ 144 ਜੋ ਹੈ ਪਾਕਿਸਤਾਨ ਦੇ ਵਿੱਚ ਲੱਗੀ ਹੈ ਇਸ ਤੋਂ ਇਲਾਵਾ ਦੱਸ ਦਈਏ ਕਿ ਆਏ ਦਿਨ ਹੀ ਪਾਕਿਸਤਾਨ ਤੋਂ ਅਜਿਹੀ ਖਬਰਾਂ ਸਾਹਮਣੇ ਆਉਂਦੀ ਹੈ ਕਿ ਤੇਲ ਤੋਂ ਲੈ ਕੇ ਆਟਾ ਦਾਲ ਦੇ ਜੋ ਪਾਕਿਸਤਾਨ ਦੇ ਵਿੱਚ ਅਸਮਾਨ ਛੂੰਹਦੇ ਹੋਏ ਨਜ਼ਰ ਆਏ ਪਰ ਇਸ ਮੁੱਦੇ 'ਤੇ ਵਾਪਸ ਆਉਂਦੀ ਹੈ ਖਬਰ ਜੋ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਦੇ ਵਿੱਚ ਹਿੰਦੂ ਲੜਕੀ ਦੇ ਨਾਲ ਜ਼ਬਰਦਸਤੀ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਮੁਸਲਿਮ ਲੜਕੇ ਦੇ ਨਾਲ ਜਬਰਨ ਵਿਆਹ ਕਰਵਾਇਆ ਜਾਂਦਾ ਹੈ ਇਸ ਤਰ੍ਹਾਂ ਦੀਆਂ ਵੱਡੀਆਂ ਅਤੇ ਦੇਸ਼ ਦੁਨੀਆ ਦੀਆਂ ਅਪਡੇਟਸ ਜਾਣਨ ਦੇ ਲਈ ਤੁਸੀਂ ਦੇਖਦੇ ਰਹੋ ਟੀਵੀ ਐਨਆਰਆਈ ਕੀ ਤੁਸੀਂ ਹਜੇ ਤੱਕ ਆਪਣੇ ਦਿਨ ਦੀ ਸ਼ੁਰੂਆਤ ਕੈਮੀਕਲ ਨਾਲ ਬਣੀ ਹੋਈ ਚਾਹ ਤੋਂ ਕਰ ਰਹੇ ਹੋ ਤੇ ਸਾਰਾ ਦਿਨ ਐਸਿਡਿਕ ਫੀਲ ਕਰ ਰਹੇ ਹੋ ਨਾ 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 ਚਾਹ ਨਹੀਂ ਛੱਡਣੀ ਬਸ ਪਲੈਨਟ ਆਯੁਰਵੇਦਾ ਦੀ ਅਰਜੁਨ ਟੀ ਪੀਣੀ ਹੈ ਇਹ ਤੁਹਾਡੀ ਸਿਹਤ ਦੀ ਹੈ ਬੈਸਟ ਫਰੈਂਡ ਅਬ ਘਰ ਬੈਠੇ ਆਨਲਾਈਨ ਕੰਸਲਟੇਸ਼ਨਸ ਕਰੇ ਟੌਪ MD ਆਯੁਰਵੇਦਾ ਸਪੈਸ਼ਲਿਸਟ ਕੇ ਸਾਥ ਇੰਡੀਆ ਕਾ ਬੈਸਟ ਆਨਲਾਈਨ ਆਯੁਰਵੇਦਿਕ ਕਲੀਨਿਕ ਔਰ ਪਾਏ ਸਾਰੀ ਆਯੁਰਵੇਦਿਕ ਮੈਡੀਸਿਨਸ ਕੀ ਹੋਮ ਡਿਲੀਵਰੀ ਵਰਲਡ ਵਾਈਡ ਪ੍ਰੋਬਲਮ ਕੋਈ ਵੀ ਹੋ ਸੋਲੂਸ਼ਨ ਸਿਰਫ ਇੱਕ www.planetayurveda.com